मैं सिविल हॉस्पिटल समराला में मेडिकल ऑफिसर हूँ। तकरीबन 7:30 बजे ब्रॉड डेड पेशेंट आए, उनका नाम है अमिंदर पाल सिंह दिलावरी। पेशेंट का आईडी कार्ड मिला पेशेंट के पॉकेट से। पेशेंट को सुखदीप सिंह पासरबाई थे वो लेके आए थे। पेशेंट का एक्सीडेंट हुआ नियर राधा स्वामी फ्लाईओवर बॉन्दली। तो जब वो आए तो उनका पल्स बीपी अनरिकॉर्डेबल था, कॉर्नियल रिफ्लेक्स भी नहीं थी, ईसीजी भी स्ट्रेट लाइन शो की है। उनके आईडी कार्ड में ये पता चला कि ही इज सन ऑफ श्री रशपाल सिंह, एज इज 55 इयर्स मेल एंड ही इज रेसिडेंट ऑफ मोहाली। मैम कहाँ से आ रहे थे, कहाँ जा रहे थे, कुछ पता लगा? ये मैं नहीं बता सकती, बट ये मोहाली के रहने वाले हैं, इतना ही पता है। मैम कितने बंदे थे गाड़ी में, कुछ और है कोई? नहीं, जो मुझे इन्फॉर्मेशन मिला ही वॉज द ओनली पर्सन जो कार में थे, और जो पासर्स पाई थे उन्होंने ही निकाले उनकी बॉडी। कुछ एक्सीडेंट का कारण क्या था, कैसे हुए एक्सीडेंट? एक्सीडेंट गाय आ गई थी, यही बोल रहे हैं। ठीक है, जो इन्फॉर्मेशन मिला कि गाय आ गई थी, गाड़ी बड़ी स्पीड में थी तो उनको उनकी टक्कर लगी एंड गाड़ी पलटी 3-4 बार। ठीक है, थैंक यू। ਸਾਡੇ ਲਈ ਬੁੱਢਿਆ ਸ਼ੂਗਰ ਮਿਲ ਚ ਐਜ ਏ ਚੀਫ ਇੰਜੀਨੀਅਰ ਨੇ। ਅੱਛਾ, ਕਿੱਥੋਂ ਆ ਰਹੇ ਸੀ? ਚੰਡੀ ਮੋਹਾਲੀ ਤੋਂ ਆ ਰਹੇ ਡਿਊਟੀ। ਅੱਛਾ ਜੀ। ਤੇ ਡਿਊਟੀ ਆ ਰਹੇ ਸੀਗੇ ਤੇ ਰਸਤੇ ਸਾਨੂੰ ਇਨਫੋਰਮ ਗਿਆ, ਅਸੀਂ ਵੀ ਘਰੇ ਸੀਗੇ ਤੇ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ। ਸਡਨਲੀ ਅਸੀਂ ਆਏ ਤਾਂ ਇਹਨਾਂ ਦਾ ਔਨ ਦੀ ਸਪੋਟ ਮੂਹਰੇ ਗੈ ਆ ਗਈ, ਇੰਨਾ ਪਤਾ ਲੱਗਿਆ ਵੀ ਗੈ ਮਰੀ ਪਈ ਸੀ। ਹੋਰ ਵੀ ਗੱਡੀਆਂ ਦਾ ਐਕਸੀਡੈਂਟ ਹੋਏ ਨੇ, ਇਹਨਾਂ ਦੀ ਵੀ ਐਕਸੀਡੈਂਟ ਹੋਇਆ ਤੇ ਗੈ ਦੀ ਵਜ੍ਹਾ ਨਾਲ ਇਹਨਾਂ ਦਾ ਔਨ ਦੀ ਸਪੋਟ ਡੈਥ। ਤੇ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਜੀ? ਹਾਂਜੀ, ਇਹਨਾਂ ਦੇ ਘਰ ਦੇ ਫੈਮਿਲੀ ਮੈਰਿਡ ਸੀਗੇ, ਬੱਚੇ ਨੇ ਜੀ, ਇਹਨਾਂ ਦੀ ਵਾਈਫ ਵੀ ਆ ਰਹੇ, ਬੇਟੀ ਤੇ ਬੇਟਾ ਆ ਗਏ ਉਹਨਾਂ ਦੇ। ਕਿਹੜੀ ਜਗ੍ਹਾ ਦੇ ਸੀਗੇ ਰਹਿਣ? ਮੋਹਾਲੀ ਦੇ ਸੀਗੇ ਜੀ। ਹਾਂਜੀ, ਅਸੀਂ ਚੰਡੀਗੜ੍ਹ ਤੋਂ ਆ ਰਹੇ, ਮੇਰਾ ਨਾਮ ਰਣਜੀਤ ਕੌਰ, ਅਸੀਂ ਸਮਰਾਲੇ ਦੇ ਲੋਕਲ ਆ, ਕਪਲਾ ਕਲੋਨੀ ਦੇ। ਜਦੋਂ ਅਸੀਂ ਚੰਡੀਗੜ੍ਹ ਤੋਂ ਆ ਰਹੇ ਆ ਵੀਰ ਜੀ, ਅਸੀਂ ਸਾਹਮਣੇ ਆ ਦੇਖਦੇ ਆ ਤੇ ਗਾਂ ਮਰੀ ਹੋਈ ਸੀਗੀ, ਤੇ ਜਦੋਂ ਉਹ ਗੱਡੀ ਵਿਚ ਵੱਜੀ ਆ, ਗੱਡੀ ਹਵਾ ਦੇ ਵਿਚ 2-3 ਵਾਰ ਘੁੰਮੀ ਆ। ਕਹਿਣਾ ਮਤਲਬ ਕਿ ਅਸੀਂ ਜਦੋਂ ਦੇਖਿਆ ਕਿ ਉਹ ਵੱਜੇ ਜਾਂ ਇਸ ਤਰ੍ਹਾਂ ਵੱਜੇ ਨੇ ਕਿ ਅਸੀਂ ਦੇਖ ਨਹੀਂ ਸਕਦੇ, ਜਦੋਂ ਅਸੀਂ ਬਾਹਰ ਆ ਕੇ ਦੇਖਿਆ ਉਹਨਾਂ ਨੂੰ ਫਟਾਫਟ ਦੇਖਿਆ ਸਾਰੇ ਬੰਦਿਆਂ ਨੇ, ਬਟ ਉਸ ਟਾਈਮ ਉਹਨਾਂ ਦੀ ਸਾਹ ਚੱਲਦੇ ਸੀ, ਸਾਰਿਆਂ ਨੂੰ ਰੌਲਾ ਪਾਇਆ ਕਿ ਇਹਨਾਂ ਨੂੰ ਬਾਹਰ ਕੱਢ ਲਓ। ਬਾਹਰ ਕੱਢਣ ਦੇ ਬਾਵਜੂਦ ਵੀ ਕਿਸੇ ਨੇ ਕੱਢਿਆ ਨਹੀਂ, ਉਸ ਟਾਈਮ ਉਹਨਾਂ ਦੀ ਸਾਹ ਚੱਲਦੇ ਸੀ। ਤੇ ਗੱਡੀ ਕਿੱਧਰੋਂ ਆ ਰਹੀ ਸੀ ਜੀ? ਇਹ ਲੁਧਿਆਣੇ ਸਾਈਡ ਤੋਂ ਕਹਿ ਰਹੇ ਨੇ ਗੱਡੀ ਆ ਰਹੀ ਸੀ। ਤੇ ਗੱਡੀ 'ਚ ਕਿੰਨੇ ਜਾਣੇ ਸੀਗੇ? ਇਕੱਲੇ ਸੀਗੇ। ਤੇ ਕਿੰਨਾ ਟਾਈਮ ਲੱਗਿਆ ਉਹਨਾਂ ਨੂੰ ਕੱਢਣ ਨੂੰ? ਘੱਟੋ ਘੱਟ ਤਕਰੀਬਨ ਸਾਨੂੰ 2 ਘੰਟੇ ਲੱਗ ਗਏ ਵੀ ਜੀ, ਕਿਸੇ ਨੇ ਨਹੀਂ ਆ ਕੇ ਕੱਢਿਆ, ਹੱਥ ਨਹੀਂ ਪਾਇਆ। ਕੀ ਹਾਲਾਤ ਰਹੇ ਉਹਨਾਂ ਦੇ ਹੁਣ? ਨਹੀਂ, ਇਸ ਟਾਈਮ ਉਹਨਾਂ ਦੇ ਹਾਲਾਤ ਡੈਥ ਹੋ ਗਈ ਚੁੱਕੀ ਆ, ਪਰ ਉਹਨਾਂ ਦੇ ਹਾਲਾਤ ਹੈ ਨਹੀਂ ਸੀਗੇ ਉਸ ਟਾਈਮ। ਸਾਹ ਚੱਲਦੇ ਸੀ ਕੁਛ, ਸਾਹ ਜਿੱਦਾਂ ਮਿਲ ਕਹਿ ਦਈਏ ਵੀ ਕੋਈ ਜੇ ਹੱਥ ਪਾਉਂਦਾ ਤਾਂ ਸ਼ਾਇਦ ਬਚ ਸਕਦੇ ਸੀ, ਪਰ ਹੁਣ ਉਹ ਡੈਡ ਨੇ। ਸੌਰੀ, ਇਸ ਲਈ ਸਾਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅਸੀਂ ਐਸੇ ਜੇ ਪੰਜਾਬ ਤੋਂ। ਇਹ ਜਿਹੜਾ ਐਕਸੀਡੈਂਟ ਹੋਇਆ ਗਊ ਕਰਕੇ ਹੋਇਆ? ਹਾਂਜੀ, ਗਊ ਕਰਕੇ ਹੋਇਆ ਜੀ, ਬਿਲਕੁਲ। ਇਸ ਟਾਈਮ ਵੀ ਹਜੇ ਵੀ ਉਹ ਉੱਥੇ ਪਈ ਆ ਤੇ 2-3 ਗਾਵਾਂ ਹੋਰ ਵੀ ਉਹਨਾਂ ਦੇ ਅੱਗੇ ਪਿੱਛੇ ਫਿਰ ਰਹੀਆਂ ਨੇ। ਕੋਈ ਹੋਰ ਵੀ ਗੱਡੀ ਟਕਰਾਈ ਉਹ ਚ? ਹਾਂਜੀ, ਦੋ, ਇੱਕ ਡਸਟਰ ਹੈ ਜੀ। ਕ੍ਰਿਸ਼ਨ ਗੋਪਾਲ ਆ ਜੀ ਲੁਧਿਆਣੇ ਤੋਂ, ਤੇ ਇੱਥੇ ਪੁਲ ਦੇ ਸ਼ੁਰੂ ਚ ਹੀ ਨਾ ਆ ਰਿਹਾ ਜੀ, ਚੰਡੀਗੜ੍ਹ ਤੋਂ ਲੁਧਿਆਣੇ ਜੀ। ਤੇ ਕਿੱਥੇ ਐਕਸੀਡੈਂਟ ਹੋਇਆ ਜੀ? ਇਹ ਐਕਸੀਡੈਂਟ ਆ ਪੁਲ ਤੇ ਹੋਇਆ ਜੀ, ਪੁਲ ਦੇ ਨਾ ਵਿਚਾਲੇ ਡੰਗਰ ਇੱਕ ਮਰਿਆ ਪਿਆ ਸੀਗਾ। ਅੱਛਾ ਜੀ। ਤੇ ਪਹਿਲਾਂ ਉਹਦੇ ਵਿੱਚ ਮੇਰੀ ਗੱਡੀ ਵੱਜ ਕੇ, ਗੱਡੀ ਡਿਵਾਈਡਰ ਚ ਵੱਜੀ ਫਿਰ ਮੇਰੀ। ਅੱਛਾ ਜੀ। ਤੇ ਮੈਂ ਤਾਂ ਹਜੇ ਆਪਣੀ ਗੱਡੀ ਚੋਂ ਹਜੇ ਦੇਖ ਹੀ ਰਿਹਾ ਸੀਗਾ, ਉਤਰ ਰਿਹਾ ਸੀਗਾ, ਇੱਕ ਪਿੱਛੋਂ ਹੋਰ ਗੱਡੀ ਆਈ, ਉਹ ਗੱਡੀ ਉਹਦੇ ਵਿੱਚ ਵੱਜ ਕੇ ਡੰਗਰ ਦੇ, ਤੇ ਅੱਗੇ ਜਾ ਕੇ ਮਤਲਬ ਕਾਫੀ ਗੇੜੇ ਜੇ ਖਾ ਗਈ, ਘੁੰਮ ਕੇ ਗੱਡੀ ਕਾਫੀ ਦੂਰ ਜਾ ਕੇ ਰੁਕੀ। ਕਿੰਨੇ ਬੰਦੇ ਸੀ ਉਹ? ਉਹਦੇ ਵਿੱਚ ਵੀ ਇੱਕੋ ਹੀ ਬੰਦਾ ਸੀਗਾ ਜੀ। ਉਹ ਕਿੱਥੇ? ਉਹ ਚੰਡੀਗੜ੍ਹੋਂ ਆ ਰਿਹਾ ਸੀ ਉਹ ਵੀ? ਹਾਂ, ਉਹ ਕਹਿੰਦੇ ਮੋਹਾਲੀ ਦਾ ਬੰਦਾ ਸੀਗਾ। ਜਾਣਾ ਲੁਧਿਆਣੇ ਸੀ ਉਹਨੇ? ਇਹ ਨਹੀਂ ਮੈਨੂੰ ਪਤਾ ਜੀ ਕਿੱਥੇ ਜਾਣਾ ਸੀਗਾ। ਤੁਸੀਂ ਡੈਥ ਹੋ ਗਈ? ਬਾਕੀ ਗੱਡੀ ਚੋਂ ਮਤਲਬ ਉਹਨੂੰ ਕੱਢ ਕੇ ਲੈ ਗਏ ਜੀ, ਜ਼ਿਆਦਾ ਸੀਰੀਅਸ ਹਾਲਤ ਚ ਸੀਗਾ, ਤੇ ਬਾਅਦ ਚੋਂ ਮਤਲਬ ਇੱਥੇ ਲੋਕ ਦੱਸ ਰਹੇ ਨੇ ਵੀ ਕਹਿੰਦੇ ਉਹ ਬੰਦਾ ਪੂਰਾ ਹੋ ਗਿਆ। ਤੁਹਾਡਾ ਵਜਨ ਸੱਟ ਹੈ ਜੀ? ਤੁਹਾਡੇ ਦਾ ਹੀ ਸੱਟ ਲੱਗੀ ਜ਼ਿਆਦਾ? ਨਾ, ਮੇਰੇ ਸੱਟ ਕੋਈ ਨਹੀਂ ਲੱਗੀ ਜੀ, ਬਸ ਮੇਰੀ ਗੱਡੀ ਡਿਵਾਈਡਰ ਚ ਵੱਜ ਕੇ, ਹੁਣ ਮਤਲਬ ਮੈਂ ਆਪਣੀ ਟੋਇੰਗ ਬੁਲਾਈ ਹੋਈ ਹੈ ਜੀ।